ਅੰਮ੍ਰਿਤਸਰ ਸ਼ਹਿਰ 'ਚ ਵੱਧਦੇ ਕ੍ਰਾਈਮ ਨੂੰ ਘੱਟ ਕਰਨ ਦੀ ਬਜਾਏ ਅੰਮ੍ਰਿਤਸਰ ਪੁਲਿਸ ਸਵੱਛਤਾ ਅਭਿਆਨ ਦੇ ਤਹਿਤ ਸਫਾਈ ਕਰ ਰਹੀ ਹੈ। ਅੰਮ੍ਰਿਤਸਰ ਪੁਲਿਸ 'ਚ ਤੈਨਾਤ IPS ਦੇ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਪੁਲਿਸ ਲਾਈਨ 'ਚ ਸਫਾਈ ਕੀਤੀ। ਜਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੋਂ ਅੰਮ੍ਰਿਤਸਰ 'ਚ ਵੱਧ ਰਹੇ ਕ੍ਰਾਈਮ ਦੇ ਬਾਰੇ ਸਵਾਲ ਪੁੱਛਿਆ ਤਾਂ ਉਹਨਾਂ ਦਾ ਜਵਾਬ ਵੀ ਉਹਨਾਂ ਨੇ ਬੜੀ ਹੀ ਸਫਾਈ ਨਾਲ ਦਿੰਦੇ ਹੋਏ ਕਿਹਾ ਕਿ ਕੁਝ ਜਗ੍ਹਾ 'ਚ ਕ੍ਰਾਈਮ ਘੱਟ ਹੋਇਆ ਹੈ, ਜਦਕਿ ਪੁਲਿਸ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ। ਨਹੀਂ, ਬੇਸਿਕਲੀ ਕੀ ਹੈ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਇੱਕ ਵੰਡੇ ਪਰੇਡ ਦਾ ਕਨਸੈਪਟ ਹੈਗਾ ਕਿ ਵੰਡੇ ਪਰੇਡਸ ਹੁੰਦੀ ਹੈ, ਕੋਸ਼ਿਸ਼ ਹੁੰਦੀ ਹੈ ਉਹਨੂੰ ਰੈਗੂਲਰ ਕਰਨ ਦੀ, ਬਟ ਕਈ ਵਾਰ ਡਿਊਟੀਜ਼ ਐਂਡ ਅਦਰ ਰੀਜ਼ਨਸ ਕਰਕੇ ਨਹੀਂ ਹੋ ਪਾਉਂਦੀ। ਸੋ ਉਸੇ ਲੜੀ ਦੇ ਵਿੱਚ ਅਸੀਂ ਅੱਜ ਸੋਚਿਆ ਕਿ ਮੰਡੇ ਪਰੇਡ ਦੀ ਜਗ੍ਹਾ ਇੱਕ ਮੰਡੇ ਦਾ ਇੱਕ ਕਲੈਨਲੀਨੈਸ ਐਂਡ ਸਵੱਛਤਾ ਦਾ ਅਭਿਆਨ ਜਿਹੜਾ ਹੈ ਇਹ ਆਪਣਾ ਇੰਟੀਗ੍ਰੇਟ ਕਰੀਏ। ਵੈਸੇ ਵੀ ਇਟਸ ਅ ਪਾਰਟ ਆਫ ਅਵਰ ਸਿਸਟਮ, ਅਕੈਡਮੀਜ਼ ਵਗੈਰਾ ਵਿੱਚ, ਫਿਲੌਰ ਵਿੱਚ, ਹੋਰ ਜਗ੍ਹਾ 'ਤੇ ਵੀ ਇਸ ਤਰ੍ਹਾਂ ਦਾ ਐਕਟੀਵਿਟੀਜ਼ ਰੈਗੂਲਰ ਹੁੰਦੀਆਂ ਦੇ ਵਿੱਚ, ਜਿਵੇਂ ਹੁਣ ਇੱਥੇ ਰੈਜੀਡੈਂਟਸ ਹੈਗੇ ਉਹਨਾਂ ਨੂੰ ਵੀ ਇਨਵੋਲਵ ਕੀਤਾ ਹੈ। ਸਾਰੇ ਹੀ ਜਿੰਨੀ ਪਰੇਡ ਲਈ ਜਿਸ ਤਰ੍ਹਾਂ ਜੋ ਨਫਰੀ ਫਾਲਨ ਹੁੰਦੀ ਆ ਉਹ ਸਾਰੇ ਮਿਲ ਕੇ ਸਫਾਈ ਦਾ ਕੰਮ ਕਰ। ਨਹੀਂ, ਇਹ ਅੱਜ ਪੁਲਿਸ ਲਾਈਨ ਦੇ ਵਿੱਚ ਪਲੱਸ ਇਸ ਤੋਂ ਇਲਾਵਾ ਦੋ ਹੋਰ ਪੁਲਿਸ ਲੋਕੇਸ਼ਨਸ 'ਤੇ ਹੈਗਾ ਅਤੇ ਆਉਣ ਵਾਲੇ ਸਮੇਂ 'ਚ ਹੋਰ ਲੋਕੇਸ਼ਨਸ ਐਂਡ ਯੂਨਿਟਸ ਦੇ ਵਿੱਚ ਵੀ ਕੀਤਾ ਜਾਏ। ਅੰਮ੍ਰਿਤਸਰ ਤੋਂ ਗੁਰਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।